एकोंकार सतनाम करता पुरख निरभौ निर्वैर अकाल मूरत अजूनी सैभम गुरु प्रसाद जप। ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਤੁਸੀਂ ਲੋਕ ਸੋਚ ਰਹੇ ਸੀ ਕਿ ਹਮ ਪੰਜਾਬੀ ਵਿੱਚ ਗੱਲ ਕਿਉਂ ਕਰ ਰਹੇ ਸੀ, ਤਾਂ ਤੁਸੀਂ ਨੇ ਤੁਹਾਡਾ ਪੋਪਟ ਹੋ ਗਿਆ ਸੀ। ਉਹ ਲੋਕਾਂ ਨੂੰ ਪਤਾ ਸੀ ਕਿ ਅਸੀਂ ਪੰਜਾਬੀ ਚ 24 ਆਰ ਚੈਲੰਜ ਕਰਦੇ ਪਏ ਤਮਿਲ ਦੇਖ ਕੇ। ਓ ਦੇਖ ਲਿਆ ਸੀ, ਦੇਖ ਲਿਆ ਸੀ, ਕਰਦੀ ਦੇਖ ਲਿਆ ਸੀ ਨਾ। ਤੋ ਲਾਈਕ ਐਂਡ ਸ਼ੇਅਰ ਐਂਡ ਸਬਸਕ੍ਰਾਈਬ ਮਨ ਕਰ ਦੀ ਸੀ। ਤੁਸੀਂ ਸਾਡੇ ਚੈਨਲ ਨੂੰ ਲਾਈਕ ਕਰਦੇ ਹੋ ਜੀ ਤੇ ਸਬਸਕ੍ਰਾਈਬ ਕਰਦੇ ਹੋ ਜੀ ਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰਦੇ ਹੋ ਸੀ, ਜੋ ਸੀ ਨੋਟੀਫਿਕੇਸ਼ਨ ਨਾਲ ਤੁਸੀਂ ਸਭ ਤੋਂ ਪਹਿਲੇ ਮਿਲਾ ਸੀ। ਇਹ ਕੁੱਤਾ ਸੀ, ਤੁਹਾਡਾ ਕੁੱਤਾ ਸੀ, ਸਾਡਾ ਕੁੱਤਾ ਕੈਂਡੀ ਸੀ। ਇਸ ਚੈਲੰਜ ਵਿੱਚ ਅਸੀਂ ਪੰਜਾਬੀ ਵਿੱਚ ਖਾਏਂਗੇ, ਪੰਜਾਬੀ ਵਿੱਚ ਪੀਏਂਗੇ, ਪੰਜਾਬੀ ਵਿੱਚ ਨੱਚੇਂਗੇ। ਹਾਂ ਵੀ ਪੰਜਾਬੀ ਵਿੱਚ ਐ ਗੱਲ ਤਾਂ ਦੇਖਣੀ ਪੜੇਗੀ। ਅਸੀਂ ਪੋਸੀਬਲ ਹੋਆ ਸੀ ਤਾਂ ਹਗਾ ਵੀ ਪੰਜਾਬੀ ਵਿੱਚ ਔਰ ਤੁਸੀਂ ਦਿਖਾਵਾ ਵੀ ਔਰ ਪੋਸੀਬਲ ਹੋਆ ਸੀ। ਐ ਪੋਸੀਬਲ ਨਹੀਂ ਹੋ ਸਕਦਾ ਜੀ, ਮਾਫ ਕਰਵਾ ਜੀ। ਆਓ ਮੈਂ ਚੀਆ ਨਾਲ ਗੱਲ ਕਰਾਂ ਸੀ, ਤੁਸੀਂ ਉਹ ਬਹੁਤ ਦੇਰ ਸੇ ਬੈਠੀ ਉਸੀ ਕੁਛ ਕਰ ਰਹਾ ਸੀ, ਤਾਂ ਤੁਸੀਂ ਉਸਕੇ ਨਾਲ ਗੱਲ ਕਰਾ ਸੀ। ਐ ਕੁੜੀ ਤੂੰ ਕੀ ਕਰ ਰਹਾ ਸੀ? ਮੈਂ ਇੰਸਟਾਗ੍ਰਾਮ ਵਿੱਚ ਰੀਲਸ ਬਣਾ ਰਹੀ ਸੀ। ਰੀਲਸਾਂ ਨਾਲ ਬਣਾ ਰਹੀ ਸੀ? ਦੇਖੋ ਇਤਨੀ ਦੇਰ ਵਿੱਚ ਯੂ ਨਾ ਹੈ ਕਿ ਕੁਛ ਖਾਣਾ ਪਿੱਛੇ ਬਣਾ ਰਹੀ ਸੀ। ਤੁਸੀਂ ਪੰਜਾਬੀ ਚ ਗੱਲ ਕਰ ਰਹੇ ਹੋ ਜਾਂ ਹਰਿਆਣੇ ਵਿੱਚ? ਅਸੀਂ ਪੰਜਾਬੀ ਵਿੱਚ ਚੈਲੰਜ ਨਾਲ ਕਰ ਰਹੀ ਸੀ, ਤਾਂ ਚੈਲੰਜ ਪੰਜਾਬੀ ਕਰਾਂਗੀ ਨਾ। ਹਰਿਆਣਾ ਕੀ ਹਰਿਆਣਾ ਕੀ ਬੋਲੀ ਕਿਉਂ ਦਿਖ ਰਹੀ ਹੈ ਮੈਨੂੰ? ਮੈਂ ਦੇ ਕਿਉਂਕਿ ਮੈਨੂੰ ਕੁਛ ਨਾ ਸੀ ਪੰਜਾਬੀ ਸੀ, ਸਿਰ ਸੀ ਸੀ ਆਤਾ ਸੀ, ਤੁਸੀਂ ਕੇ ਲਈ ਲਾਈਕ ਸੀ ਕਰਦੀ ਸੀ। ਮੇਰੇ ਤੁਹਾਡੇ ਸਾਡੇ ਅਸੀਂ ਤੁਸੀਂ ਕੇ ਲਈ ਕਰਦੇ ਸੀ। ਕਮੈਂਟ ਕਰਦੇ ਕਮੈਂਟ ਕਰਦੇ ਕਿ ਕੌਣ ਅੱਛੀ ਪੰਜਾਬੀ ਵਿੱਚ ਗੱਲ ਕਰ ਰਹਾ ਸੀ, ਕਿਉਂਕਿ ਮੈਂ ਕਰ ਰਹਾ ਸੀ, ਇਹ ਤਾਂ ਚੁੱਪ ਬੈਠੀ ਸੀ। ਮੈਂ ਇੰਨੀ ਅੱਛੀ ਪੰਜਾਬੀ ਬੋਲਾਂ ਸਨੈਕਸ ਪੰਜਾਬੀ ਵਿੱਚ ਖਾਂਗਾ, ਤਾਂ ਅੱਜ ਲੱਸੀ ਔਰ ਪੰਜਾਬੀ ਵਿੱਚ ਕੋਈ ਸਨੈਕਸ ਖਾਂਗਾ ਤਾਂ ਮਾਰਕੀਟ ਜਾ ਰਹਾ ਸੀ। ਤੋ ਦੇਖੋ ਇਹ ਤਾਂ ਭਗਵਾਨ ਜਾ ਰਹੀ ਹੈ ਸਾਈਕਲ ਨਾਲ। ਅਸੀਂ ਸ਼ਾਮ ਦੇ ਨਾਲ ਲੱਸੀ ਲਿਆਏ ਸੀ, ਦੇਖੋ ਨੋ ਬ੍ਰੈਂਡ ਪ੍ਰੋਮੋਸ਼ਨ ਤੋ ਪ੍ਰੋਮੋਸ਼ਨ ਅਸੀਂ ਦੇਖੋ ਮੈਂ ਹਮਨੇ ਪੁੱਛਾ ਸੀ ਉਨਸੇ ਕਿ ਮਾਰਕੀਟ ਵਾਲੇ ਅੰਕਲ ਨਾਲ ਕਿ ਉਹ ਕੀ ਖਾਸੀ, ਤਾਂ ਉਹਨਾਂ ਨੇ ਇਹ ਸਜੈਸਟ ਕੀਤਾ ਸੀ ਕਿ ਇਹ ਸਿਤਾਰੇ ਬੜੀਆ ਸੀ ਖਾਣੇ ਨਾਲ ਔਰ ਲੱਸੀ ਨਾਲ ਹਮ ਪੀਂਗੇ ਸੀ। ਤੋ ਚਲਿਏ ਨਾਸ਼ਤੇ ਪੇ ਮਿਲਤੇ ਹੈ। ਅਸੀਂ ਸ਼ਾਮ ਦੇ ਨਾਲ ਆਪਣਾ ਸ਼ਾਮ ਦਾ ਨਾਸ਼ਤਾ ਲੈ ਕੇ ਆ ਗਏ ਸੀ। ਆ ਚਾਏ ਨਾ ਪੀ ਰਹੀ ਸੀ, ਦੇਖੋ ਅਸੀਂ ਚਾਏ ਦੇ دیਵਾਨੇ ਆ, ਅਸੀਂ ਅੱਜ ਥੋੜੀ ਥੋੜੀ ਲੱਸੀ ਪੀ ਰਹੇ ਸੀ ਕਿਉਂਕਿ ਚਾਏ ਦੇ دیਵਾਨੇ ਸੀ ਅਸੀਂ। ਜੋ ਲੱਸੀ ਅਸੀਂ ਬਾਜ਼ਾਰ ਚ ਪਾ ਕੇ ਆਏ ਸੀ ਉਹ ਲੱਸੀ ਅਸੀਂ ਲੱਸੀ ਸਿਤਾਰੇ ਸੀ ਖਾਣ ਵਾਸਤੇ ਅਸੀਂ ਲੈ ਕੇ ਆਏ। ਪਰ ਸਿਤਾਰੇ ਆਏ ਵਨ ਕੁਐਸਚਨ ਨਾਲ, ਆਏ ਵਨ ਕੁਐਸਚਨ ਨਾਲ, ਇੰਗਲਿਸ਼ ਦੇ ਨਾਟ ਅਲਾਉਡ ਨਾਲ ਹੈ। ਇਹ ਸਿਤਾਰੇ ਤਾਂ ਕ੍ਰਿਸ਼ਨ ਨਾਲ ਯੂਜ਼ ਕਰਾ ਸੀ ਨਾ। ਸਿਤਾਰੇ ਤਾਂ ਐਸੇ ਤਾਂ ਸਿਤਾਰੇ ਆਸਮਾਨ ਵਿੱਚ ਹੋਵੇ, ਤਾਂ ਇਹ ਥੋੜੀ ਲਿਖਾ ਕਿ ਸਿਤਾਰੇ ਪੰਜਾਬੀ ਯੂਜ਼ ਕਰਨਗੇ ਤਾਂ ਕ੍ਰਿਸ਼ਨ ਯੂਜ਼ ਕਰਨਗੇ ਤਾਂ ਹਿੰਦੂ ਯੂਜ਼ ਕਰਨਗੇ, ਕਿਉਂਕਿ ਭਾਸ਼ਣ ਨਾ ਮਤ ਦੋ। ਅਸੀਂ ਖਾਸੀ ਸਮੋਸਾ ਠੰਡਾ ਹੋ ਰਿਹਾ ਸੀ, ਆਈ ਡੋਨਟ ਲਾਈਕ ਲੱਸੀ ਸੀ, ਆਈ ਲਾਈਕ ਸਮੋਸਾ ਸੀ, ਕਮ ਪੀਆ ਸੀ, ਸਵਾਦ ਆ ਰਿਹਾ ਸੀ ਕੀ ਐਸੇ ਸਮੋਸੇ ਸਮੋਸੇ ਨਾਲ ਕਸਮ ਸੀ ਲਾਈਕ ਕਰਦੀ ਸੀ, ਸਮੋਸੇ ਦੀ ਕਸਮ ਸੀ ਲਾਈਕ ਕਰਦੀ ਸੀ, ਕਮੈਂਟ ਵੀ ਕਰਦੀ ਸੀ, ਸ਼ੇਅਰ ਵੀ ਕਰਦੀ ਸੀ, ਸਬਸਕ੍ਰਾਈਬ ਵੀ ਕਰਦੀ ਸੀ। ਇਹ ਸਮੋਸਾ ਜਦ ਤੱਕ ਰਹੇਗਾ ਸਮੋਸੇ ਮੇਰਾ ਨੂੰ ਪੰਜਾਬੀ ਨਾਲ ਗਾਣਾ ਗਾ ਸੀ ਤੁਸੀਂ ਓਨਲੀ ਤਾਂ ਮੰਨਾ ਪਨਿਸ਼ਮੈਂਟ ਮਿਲਾ ਸੀ। 300 ਲਗੇ ਸਮੋਸੇ ਦੀ ਲਾਈਕ ਕਰ ਦੋ, ਵੀਡੀਓ ਨੂੰ ਲਾਈਕ ਕਰ ਦੋ, ਕਮੈਂਟ ਵੀ ਕਰ ਰਹਾ ਸੀ।
ਅੱਸੀ ਲੱਸੀ ਪੀਸੀ। ਅੱਸੀ ਸਟਾਰ ਵੀ ਤਾਂ ਖਾਏ ਸੀ ਸਟਾਰ। ਮੈਂ ਨਹੀਂ ਸੋਚੀ ਸੀ ਕਿ ਬਾਜ਼ਾਰ ਚ ਲੱਸੀ ਇੰਨੀ ਸਵਾਦਿਸ਼ਟ ਤੇ ਮਿੱਠੀ ਤੇ ਖੱਟੀ ਹੋਗੀ। ਐ ਤਾਂ ਬੜੀ ਸੋਹਣੀ ਨਿਕਲੀ। ਸੋਹਣੀ ਕੁੜੀ ਸੋਹਣੀ ਹੈ। ਸਮੋਸਾ ਵੀ ਅੱਛਾ ਲੱਗ ਰਿਹਾ ਸੀ। ਸਮੋਸਾ ਵੀ ਸਵਾਦ ਸੀ। ਕਮੈਂਟ ਕਰ ਦੋ ਪਰ ਤੁਹਾਡੇ ਮੂੰਹ ਵਿੱਚ ਪਾਣੀ ਆ ਰਿਹਾ ਹੋਗਾ। ਜਿਸ ਜਿਸ ਦੇ ਨਾਲ ਪਾਣੀ ਆ ਰਿਹਾ ਸੀ ਕਮੈਂਟ ਕਰ ਦੋ ਜਲਦੀ ਸੇ ਕਿ ਮੇਰੇ ਨਾਲ ਪਾਣੀ ਆ ਰਿਹਾ ਹੈ ਮੇਰੇ ਮੂੰਹ ਨਾਲ। ਭਈਆ ਜੀ ਨੇ ਮੈਨੂੰ 4 ਲੱਖ ਲਿਆ ਹੋਇਆ ਨਿੰਬੂ ਦਾ ਅਚਾਰ ਅਤੇ ਆਮ ਕਾ ਅਚਾਰ। ਦਾਲ ਚਾਵਲ ਨਾ ਹੀ ਨਹੀਂ ਰਹੇ। ਸਾਡੀ ਸਪੈਸ਼ਲ ਡਿਮਾਂਡ 'ਚ ਦਾਲ ਚਾਵਲ ਬਣੇ ਸੀ ਅਤੇ ਦਾਲ ਚਾਵਲ ਆ ਗਏ। ਅਸੀਂ ਦਾਲ ਚਾਵਲ ਬਣਵਾਏ ਸੀ ਉਹ ਵੀ ਪੰਜਾਬੀ ਸਟਾਈਲ 'ਚ ਇੱਕਦਮ ਪ੍ਰੋਪਰ ਪੰਜਾਬੀ ਵਿੱਚ ਖਾਏ ਸੀ। ਅਸੀਂ ਬੋਲੇ ਸੀ ਤੁਸੀਂ ਅਸੀਂ ਥੋੜਾ ਹੀ ਖਾਏ ਸੀ ਕਿਉਂਕਿ ਅਭੀ ਵੀ ਸਾਹਮਣੇ ਨਾਲ ਹਮਨੇ ਸਮੋਸੇ ਖਾਏ ਹੈ ਵੀ ਸਮੋਸਾ ਹੋ ਗਿਆ ਥਾ। ਅਚਾਰ ਸਾਡੀ ਮਾਂ ਬੀਜੀ ਬੀਜੀ ਨਾਲ ਬੀਜੀ ਨੇ ਬਣਾਏ ਆ ਸੀ ਬੋਇਓ ਸੋ ਅਚਾਰ ਬੋਲਦੇ ਨਹੀਂ ਡਾਲੋ ਸੀ ਪਾਇਆ ਸੀ। ਯੈਸ ਅਸੀਂ ਚਾਵਲ ਦਾਲ ਦੇ ਮਜ਼ੇ ਲੈ ਰਹੇ ਸੀ ਤੁਸੀਂ ਵੀ ਲਓ ਤੁਸੀਂ ਅਸੀਂ ਵੀ ਤੁਸੀਂ ਅੱਜ ਸਾਡੀ ਵੀ ਦੇ ਦਿੱਤੀ ਮੇਰੇ ਦਾਲ ਚਾਵਲ ਜੀ ਪ੍ਰੋਪਰ ਅਚਾਰ ਨਾਲ। ਭੁੱਖ ਨਹੀਂ ਸੀ ਤਾਂ ਅਸੀਂ ਪਲੇਟ ਥੋੜਾ ਥੋੜਾ ਖਾਣਾ ਖਾ ਰਹੇ ਸੀ ਕਿ ਅਸੀਂ ਅਭੀ ਸਾਹਮਣੇ ਨਾਲ ਪ੍ਰੋਪਰ ਪਰ ਚਾਹ ਥੋੜੀ ਭੁੱਖ ਤਾਂ ਜ਼ਿਆਦਾ ਖਾਣਾ ਖਾਣਾ ਜ਼ਰੂਰੀ ਹੈ ਨਹੀਂ ਪੇਟ 'ਚ ਪੇਟ ਦੀ ਇਮਿਊਨਿਟੀ ਕਿੱਥੇ ਬੜੀ ਗਈ ਖਾਣਾ ਖਾਂਦੋ ਸੇ 5 ਮਿੰਟ ਕੀ ਬੜਾ ਹੁੰਦਾ ਪ੍ਰੋਪਰ ਪ੍ਰੋਪਰ ਦੇਸੀ ਹਰਾ ਵੈਜੀਟੇਬਲ ਘਾਸ ਫੂਸ ਖਾਣੇ ਚਾਹੀਦਾ ਹਰਾ ਘਾਸ ਫੂਸ ਦਾਲ 'ਚ ਵੈਰੀ ਪ੍ਰੋਟੀਨ ਹੁੰਦੇ ਤੇ ਦਾਲ ਅਸੀਂ ਕਿੱਧਰ ਰੱਖ ਦੋ ਸੀ ਉਹਨਾਂ ਗਿਰਸ ਦੋ ਅੰਦਰ ਅਸੀਂ ਉਹਨਾਂ ਨੂੰ ਦਿਖਾ ਰਹੇ ਸੀ ਉਸੇ ਦਿਖੋ ਸੀ ਅਚਾਰ ਨਾਲ ਮਜ਼ਾ ਆ ਰਹੀ ਸੀ ਬੀਜੀ ਨਾਲ ਬੋਲੋ ਸੁਬੰਦਾਨ ਸ਼ਾਂਤ ਤੋ ਅਸੀਂ ਨਹੀਂ ਜੀ ਨਹੀਂ ਜੀ ਸਵਾਦੇ 7 ਵਜੇ ਪੌਣੇ 7 ਜਾਂ 7 ਵਜ ਰਹੇ ਹੈ ਅਭੀ ਅਸੀਂ ਕਹੀਂ ਜਾ ਰਹੇ ਹਾਂ ਤੁਸੀਂ ਓਨਲੀ ਵਲੌਗ ਵਿੱਚ ਹੀ ਪਤਾ ਚੱਲੇਗਾ ਅਸੀਂ ਕਹਾਂ ਜਾ ਰਹੇ ਹਾਂ। ਤੋ ਅਸੀਂ ਆਏ ਹਾਂ ਮੱਥਾ ਟੇਕਣ ਵਾਸਤੇ ਗੁਰਦੁਆਰੇ ਵਿੱਚ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੇ ਭੀ ਸੱਚ ਸੋਚੇ ਸੋਚ ਨਾ ਹੋ। ਤੋ ਅਸੀਂ ਨੇ
ਮੱਥਾ ਟੇਕ ਤੇ ਵਾਸਤੇ ਆਏ ਥੇ ਸੁਬਹ ਸੁਬਹ ਅਸੀਂ ਮੱਥਾ ਟੇਕ ਲਿਓ ਸੀ ਅਸੀਂ ਜਾਏ ਘਰ ਨਾਲ ਜਾ ਰਹੇ ਸੀ ਤੇ ਅਸੀਂ ਨੂੰ ਕੱਲੀਏ 24 ਘੰਟੇ ਪੰਜਾਬੀ ਬੋਲਣ ਵਾਲਾ ਚੈਲੰਜ ਤੋ ਅਸੀਂ ਨੂੰ ਲਾਈਕ ਸ਼ੇਅਰ ਅਸੀਂ ਨਾਲ ਵੀਡੀਓ ਲਾਈਕ ਸ਼ੇਅਰ ਐਂਡ ਕਮੈਂਟ ਕਰੇ ਅਗਰ ਔਰ ਬਹੁਤ ਸਾਰਾ ਪਿਆਰ ਦੇ ਧੰਨਵਾਦ ਬਾਏ।